ਨਾਨਕਸ਼ਹੀ ਕੈਲੰਡਰ ਮੁਤਾਬਕ ਜਿਹੜਾ ਸਾਡਾ ਨਵਾਂ ਸਾਲ ਆ ਉਹ ਸ਼ੁਰੂ ਹੋਣਾ 554 ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੰਨ ਕੇ ਇਹ ਜਿਹੜਾ ਕੈਲੰਡਰ ਜਾਰੀ ਕੀਤਾ ਗਿਆ ਔਰ ਸਾਡੇ ਮਹੀਨਿਆਂ ਮੁਤਾਬਕ ਜਿਹੜਾ ਇਹ ਮਹੀਨਾ ਚੇਤ ਦਾ ਇਹ ਨਵੇਂ ਸਾਲ ਦੀ ਸ਼ੁਰੂਆਤ ਕਰਦਾ ਤੇ ਮੈਂ ਜਿੱਥੇ ਸਮੁੱਚੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਉੱਥੇ ਕਾਮਨਾ ਵੀ ਕਰਦਾ ਵੀ ਹਰ ਘਰ ਦੇ ਵਿੱਚ ਇਹ ਨਾਨਕਸ਼ਹੀ ਕੈਲੰਡਰ ਜਿਹੜਾ ਆ ਉਹ ਲਾਉਣਾ ਵੀ ਜ਼ਾਇਦਾ ਕਿਉਂਕਿ ਸਿੱਖ ਨੂੰ ਹਾਲੇ ਤੱਕ ਆਪਣੇ ਦਿਹਾੜਿਆਂ ਦਾ ਨਹੀਂ ਪਤਾ ਪਏ ਉਹਦੇ ਗੁਰਪੁਰਬ ਕਿਹੜੇ ਆ ਉਹਦੇ ਆਪਣੇ ਤਿਹਾਰ ਕਿਹੜੇ ਆ ਫਿਰ ਗੁਰੂ ਸਾਹਿਬਾਂ ਦੇ ਪ੍ਰਕਾਸ਼ ਦਿਹਾੜੇ ਜੋਤੀ ਜੋਤ ਦਿਵਸ ਉਹ ਸਾਰੇ ਇਸ ਕੈਲੰਡਰ ਦੇ ਵਿੱਚ ਹੋਰ ਇਤਿਹਾਸਕ ਦਿਹਾੜੇ ਜਿਹੜੇ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਉਹ ਸਾਰੇ ਇਹਦੇ ਵਿੱਚ ਦਰਜ ਆ। ਸੋ ਮੈਂ ਕਿਸੇ ਧਰਮ ਜਾਂ ਕਿਸੇ ਜਾਤੀ ਦੇ ਖਿਲਾਫ ਨਹੀਂ। ਅੱਜ ਤੱਕ ਇਹੋ ਹੀ ਕਸਟਮ ਚੱਲੀ ਆ ਰਹੀ ਆ ਕਿ ਕਿੱਥੇ ਨੂੰ ਚੱਲਣ ਜੀ। ਅਸੀਂ ਅੰਮ੍ਰਿਤਸਰ ਨੂੰ ਦੀਵਾਲੀ ਮਨਾਉਣ ਜਾ ਰਹੇ ਹਾਂ। ਹੁਣ ਨਾਨਕਸ਼ਹੀ ਕੈਲੰਡਰ ਦੇ ਵਿੱਚ ਫਿਰ ਜਿਹੜੇ ਪੜਦੇ ਆ ਬੱਚੇ ਜਾਂ ਸਿਆਣੇ ਤੇ ਇਹ ਸਾਡਾ ਤੇ ਬੰਦੀ ਛੋੜ ਦਿਵਸ ਆ ਦਿਵਸ ਆ ਮੁਬਾਰਕ ਆ ਉਹਨਾਂ ਨੂੰ ਦੀਵਾਲੀ ਅਸੀਂ ਵੀ ਸਾਡੇ ਵੀ ਰਲ ਮਿਲ ਕੇ ਮਨਾਉਂਦੇ ਆ ਸਾਰੇ ਪਰ ਅਫਸਲ ਜਿਹੜਾ ਸਾਡਾ ਦਿਹਾੜਾ ਆ ਇਹ ਸਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਗਵਾਲੀਅਰ ਦੇ ਕਿਲੇ ਤੋਂ ਬੰਦੀ ਛੋੜ ਦਿਵਸ ਜਦੋਂ ਦੀਵ ਮਾਲਾ ਕਰਕੇ ਸਿੱਖਾਂ ਨੇ ਇੱਥੇ ਖੁਸ਼ੀਆਂ ਮਨਾਈਆਂ ਸੀ ਐਵੇਂ ਜਿਹੜਾ ਦਸਹਿਰਾ ਆ ਉਹ ਦੂਸਰੇ ਸੈਕਟ ਦੇ ਨਾਲ ਸੰਬੰਧਤ ਆ ਮੁਬਾਰਕ ਆ ਉਹਨਾਂ ਨੂੰ ਉਹ ਵੀ ਰਲ ਮਿਲ ਕੇ ਸਾਰਾ ਭਾਈਚਾਰਾ ਮਨਾਉਂਦਾ ਪਰ ਸਾਡਾ ਇੱਕ ਇਹ ਖਾਲਸਾ ਦਰਬਾਰ ਆ ਸਾਡੀ ਇਹ ਖਾਲਸਾ ਦਰਬਾਰ ਦੇ ਤੌਰ ਤੇ ਪਹਿਚਾਨ ਆ ਇਹ ਜਿਹੜੀਆਂ ਐਵੇਂ ਦੀਆਂ ਸਾਰੀਆਂ ਗੱਲਾਂ ਉਹ ਕਲੰਡਰ ਦੇ ਵਿੱਚ ਦਰਜ ਆ ਸੋ ਮੈਂ ਸਮੁੱਚੀ ਸੰਗਤ ਨੂੰ ਬੇਨਤੀ ਕਰਦਾ ਕਿ ਇਹ ਕਲੰਡਰ ਜਿਹੜਾ ਆ ਹਰ ਇੱਕ ਘਰ ਦੇ ਵਿੱਚ ਆਪਣੇ ਲੈ ਕੇ ਜਾਣਾ ਚਾਹੀਦਾ ਤਾਂ ਕਿ ਸਿੱਖ ਨੂੰ ਪਤਾ ਹੋਵੇ ਕਿ ਦਸੇ ਗੁਰੂ ਸਾਹਿਬਾਨ ਜੀ ਦੇ ਪ੍ਰਕਾਸ਼ ਦਿਹਾੜੇ ਦੇ ਦਿਨ ਕਿਹੜੇ ਆ ਜੋਤੀ ਜੋਤ ਦਿਵਸ ਦੇ ਦਿਹਾੜੇ ਕਿਹੜੇ ਆ ਕਦੋਂ ਸਤਗੁਰੂ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਇਹ ਸਾਰੇ ਅਤਿਆਧਿਕ ਹੁਣ ਕਈ ਵਾਰੀ ਆਪਾਂ ਲੋਹੜੀ ਦਾ ਤਿਉਹਾਰ ਕਹਿ ਦਿੰਨੇ ਹਾਂ ਠੀਕ ਆ ਇਹ ਕਿਉਂਕਿ ਸਾਡੇ ਇੱਕ ਬਰਾਸ ਦਾ ਕਲਚਰ ਦਾ ਹਿੱਸਾ ਆ ਪਰ ਸਾਡੇ ਵਿੱਚ ਕਿਉਂਕਿ ਮਾਗੀ ਦੀ ਉਹ ਇਤਿਹਾਸਕ ਦਿਹਾੜਾ ਜਿੱਥੇ ਗੁਰੂ ਸਾਹਿਬ ਜੀ ਨੇ 40 ਮੁਕਤਿਆਂ ਨੂੰ ਉਸ ਪਵਿੱਤਰ ਢਾਪ ਦੇ ਉੱਤੇ ਬڑے-ਬڑے ਜਿਹੜੇ ਆ ਵਰਦਾਨ ਬਖਸ਼ਿਸ਼ ਕੀਤੇ ਸੀਗੇ ਸੋ ਮੈਂ ਸਮੁੱਚੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਨਾ ਕਾਮਨਾ ਕਰਦਾ ਸਤਿਗੁਰੂ ਜੀ ਸਾਰਿਆਂ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਗੁਰਸਿੱਖੀ ਦੀ ਦਾਤ ਤੇ ਨਾਮ ਦੀ ਦਾਤ ਬਖਸ਼ਿਸ਼ ਕਰੇ ਆਪਸ ਵਿੱਚ ਪਰਸਪਰ ਇਤਫਾਕਤਾਏ ਇਕਤਾ ਬਖਸ਼ਿਸ਼ ਕਰਿਓ ਨਿਤਨੇਮ ਦੀਆਂ ਦਾਤਾਂ ਬਖਸ਼ਿਸ਼ ਕਰਿਓ ਅਮਰਦੇਵਲੇ ਦੇ ਸਾਰਿਆਂ ਨੂੰ ਜਾਗਣੇ ਬਖਸ਼ਿਸ਼ ਕਰਿਓ ਇਹਨੇ ਬੇਨਤੀ ਕਰਕੇ ਖਿਮਾਂਦਾ ਜਾਂਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ